देव तरीके वाला एक ऐसा नाम है जिहड़ा रहिंदी दुनिया तक अमर रहना वह मिट नहीं सकता, क्योंकि कलियां लोक कथावां जिहड़ियां उन्होंने लिखियां वह हर बंदे दे लिखण दे वस दा रोग नहीं हैगा। दूजी गल, माणक साहब ने उन्होंने इन्नी राशि मिली, पापा जी ने उन्होंने लिखी हुई कलियां, उन्होंने लिखे हुए गीत गाए, जिन्हां करके कलियां का बादशाह कहाया गया। अज तो 10 साल पहला भी माणक साहब दुनिया तो रुखसत किए, अज भी सानू उन्ना ही दुख आ। देव पापे उन्हां दी जिहड़ी कलम सीगी उहदा कोई तोड़ नहीं सी। ते राइटर तो बहुत ने, सारे अपने अपनी जगह ने, बट जो देव अंकल ने जो पिंड थरीके नूं, जो थरीका पिंड आ साडा, जो वर्ल्ड लैवल दे उत्ते जो थरीके पिंड दा नाम होया वो सिर्फ देव पापे करके होया। ते देव थरीके वाले काव्य विच ही ब्रांड है, सो जो थरीके पिंड नूं एक ब्रांड अंबैसडर जिहड़ा वो उन्हां नूं मिलिया। ਜਦੋਂ ਮਾਂ ਬਾਪ ਦਾ ਵਿਛੋੜਾ ਹੁੰਦਾ ਹੈ ਤਾਂ ਉਸ ਤੋਂ ਵੱਡਾ ਗਮ ਕੋਈ ਵੀ ਨਹੀਂ ਹੁੰਦਾ। ਸੋ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਜੇਕਰ ਗੱਲ ਕਰੀਏ, ਸੋ ਬਾਪੂ ਦੇਵ ਜੀ, ਦੇਵ ਤਰੀਕੇ ਵਾਲੇ ਜੀ ਸਾਨੂੰ ਛੱਡ ਕੇ ਜਾ ਚੁੱਕੇ ਨੇ। ਅੱਜ ਉਹਨਾਂ ਦਾ ਭੋਗ ਹੈ, ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਰੱਖਿਆ ਗਿਆ। ਸੋ ਬਹੁਤ ਸਾਰੇ ਜਿਹੜੇ ਕਲਾਕਾਰ ਨੇ ਇੱਥੇ ਮੌਜੂਦ ਨੇ ਸਾਡੇ ਨਾਲ, ਹਸਨ ਨੇ, ਇੰਦੀਪ ਲਿੰਗ ਜੀ ਨੇ, ਸੋ ਜਾਣਦੇ ਹੋ ਉਹਨਾਂ ਕੋਲੋਂ ਕਿ ਇਹ ਪਲ ਜੋ ਕਿ ਸਾਰਿਆਂ ਲਈ ਬਹੁਤ ਗਮਗੀਨ ਹੁੰਦੇ ਨੇ, ਔਰ ਬਹੁਤ ਜਦੋਂ ਇੱਕ ਯੁੱਗ ਦਾ ਅੰਤ ਹੁੰਦਾ, ਸੋ ਇੱਕ ਕਲਾਕਾਰ ਕਿਸ ਤਰ੍ਹਾਂ ਇਸ ਚੀਜ਼ ਨੂੰ ਮਹਿਸੂਸ ਕਰਦਾ? ਸੋ ਮੈਂ ਪਹਿਲੇ ਹਸਨ ਜੀ ਤੁਹਾਡੇ ਕੋਲੋਂ ਜਾਣਨਾ ਚਾਹਾਂ। ਮਿਹਰਬਾਨੀ ਜੀ, ਮੈਂ ਧੰਨਵਾਦ ਕਰਦਾ ਤੁਹਾਡਾ। ਦੇਵ ਤਰੀਕੇ ਵਾਲਾ ਇੱਕ ਐਸਾ ਨਾਂ ਹੈ ਜਿਹੜਾ ਰਹਿੰਦੀ ਦੁਨੀਆ ਤੱਕ ਅਮਰ ਰਹਿਣਾ ਉਹ ਮਿਟ ਨਹੀਂ ਸਕਦਾ। ਉਹਦਾ ਇੱਕ ਕਾਰਨ ਹੈ, ਕਿਉਂਕਿ ਕਲੀਆਂ ਲੋਕ ਕਥਾਵਾਂ ਜਿਹੜੀਆਂ ਉਹਨਾਂ ਨੇ ਲਿਖੀਆਂ ਉਹ ਹਰ ਬੰਦੇ ਦੇ ਲਿਖਣ ਦੇ ਵੱਸ ਦਾ ਰੋਗ ਨਹੀਂ ਹੈਗਾ। ਦੂਜੀ ਗੱਲ, ਮਾਣਕ ਸਾਹਿਬ ਨੇ ਉਹਨਾਂ ਦੀ ਇੰਨੀ ਰਾਸ਼ੀ ਮਿਲੀ, ਪਾਪਾ ਜੀ ਨੇ ਉਹਨਾਂ ਦੀਆਂ ਲਿਖੀਆਂ ਹੋਈਆਂ ਕਲੀਆਂ, ਉਹਨਾਂ ਦੇ ਲਿਖੇ ਹੋਏ ਗੀਤ ਗਾਏ, ਜਿਨ੍ਹਾਂ ਕਰਕੇ ਉਹ ਕਲੀਆਂ ਦਾ ਬਾਦਸ਼ਾਹ ਕਹਾਇਆ ਗਿਆ। ਸੋ ਗਾਉਂਦੇ ਤਾਂ ਵਧੀਆ ਸੀਗੇ ਉਹ, ਪਰ ਇਹਨਾਂ ਦੀ ਲਿਖਣ ਦੀ ਜਿਹੜੀ ਨਾਲ ਕਲਾ ਜੁੜ ਗਈ ਤਾਂ ਇੱਕ ਕਹਿ ਸਕਦੇ ਹਾਂ ਵੀ ਇੱਕ ਜੋੜ ਹੋ ਗਿਆ ਦੋਨਾਂ ਦਾ। ਅਤੇ ਅੱਜ ਮੈਨੂੰ ਇਹ ਚੀਜ਼ ਫੀਲ ਹੋ ਰਹੀ ਹੈ ਵੀ ਅੱਜ ਤੋਂ 10 ਸਾਲ ਪਹਿਲਾਂ ਵੀ ਮਾਣਕ ਸਾਹਿਬ ਦੁਨੀਆ ਤੋਂ ਰੁਖਸਤ ਕੀਤੇ ਸੀ, ਅੱਜ ਵੀ ਸਾਨੂੰ ਓਨਾ ਹੀ ਦੁੱਖ ਆ, ਓਨਾ ਹੀ ਹੈ ਨਾ ਧੱਕਾ ਲਾਇਆ ਮਾਲਕ ਨੇ। ਸੋ ਪਰ ਫਿਰ ਵੀ ਮੈਂ ਕਹਿੰਦਾ ਵੀ ਜਿਹੜੇ ਲੋਕਾਂ ਨੇ ਚੰਗੇ ਕੰਮ ਕੀਤੇ ਹੁੰਦੇ ਆ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦੇ ਰਹਿੰਦੇ ਜੀ। ਸੋ ਇਹਨਾਂ ਜੀ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ, ਇੰਡਸਟਰੀ ਦਾ ਹਿੱਸਾ ਹੋ ਤੁਸੀਂ, ਇੱਕ ਮਿਊਜ਼ੀਕਲ ਬੈਕਗਰਾਉਂਡ ਹੈ ਤੁਹਾਡਾ, ਹੈ ਨਾ, ਮੰਮਾ ਹੋਣਾ ਦੀ ਗੱਲ ਕਰੀਏ ਜਿਵੇਂ, ਸੋ ਬਾਪੂ ਦੇਵ ਜੀ ਦੀ ਵੀ ਜੇ ਗੱਲ ਕਰੀਏ, ਇੱਕ ਅਜਿਹੇ ਗੀਤਕਾਰ ਨੇ ਜੋ ਅਮਰ ਹੋ ਗਏ ਨੇ ਹਮੇਸ਼ਾ ਲਈ, ਸੋ ਇੱਦਾਂ ਦੇ ਕਿਸੇ ਇਨਸਾਨ ਦਾ ਜਾਣਾ ਕਿੰਨਾ ਕੁ ਵੱਡਾ ਇੱਕ ਘਾਟਾ ਹੈ ਇੰਡਸਟਰੀ ਨੂੰ ਵੀ ਔਰ ਸਮਾਜ ਨੂੰ ਵੀ, ਕਿਉਂਕਿ ਇੱਦਾਂ ਦੇ ਸੋਹਣੀ ਕਲਾ ਵਾਲੇ ਲੋਕ ਔਰ ਅੱਛੇ ਦਿਲ ਵਾਲੇ ਲੋਕ ਬਹੁਤ ਘੱਟ ਹੁੰਦੇ ਨੇ। ਮੈਂ ਸਾਡੀ ਤੁਹਾਨੂੰ ਆਪ ਜਿਵੇਂ ਕਿ ਤੁਸੀਂ ਬਹੁਤ ਟਾਈਮ ਤੋਂ ਸਾਡੇ ਨਾਲ, ਤੁਸੀਂ ਰੋਜ਼ਾਨਾ ਸਪੋਕਸਮੈਨ ਸਾਡੇ ਨਾਲ ਜੁੜਿਆ ਹੋਇਆ, ਮੇਰੀ ਆਪਣੀ ਫੈਮਿਲੀ ਸਾਰੇ ਬੈਕਗਰਾਊਂਡ ਪੰਜਾਬੀ ਇੰਡਸਟਰੀ ਤੋਂ ਜੁੜੀ ਹੋਈ ਹੈ। ਅਤੇ ਦੇਵ ਪਾਪੇ ਉਹਨਾਂ ਦੀ ਜਿਹੜੀ ਕਲਮ ਸੀਗੀ ਉਹਦਾ ਕੋਈ ਤੋੜ ਨਹੀਂ ਸੀ, ਉਹਨਾਂ ਨੇ ਬਹੁਤ ਕੁਛ ਲਿਖਿਆ ਅਤੇ ਬਹੁਤ ਕੁਛ ਅਜੇ ਲਿਖਣਾ ਸੀਗਾ। ਇੱਕ ਜੋ ਕਹਿੰਦੇ ਵੀ ਉਹਨਾਂ ਦੇ ਜੋ ਬ੍ਰੇਨ ਸੀਗਾ ਉਹ ਬਹੁਤ ਮਤਲਬ ਗਾਂਹ ਤੱਕ ਲੋਕਾਂ ਦੀ ਜਿਹੜੀ ਆਪਾਂ ਸੋਚ ਨਹੀਂ ਸਕਦੇ ਜੋ ਉਹਨਾਂ ਨੇ ਚੀਜ਼ਾਂ ਲਿਖੀਆਂ। ਪਰ ਮੈਂ ਕਹਿੰਦਾ ਵੀ ਇੱਕ ਅੱਛੀ ਜਿਹੜੀ ਕਲਮ ਹੈ, ਜੋ ਇੱਕ ਬਹੁਤ ਸੂਝਵਾਨ ਕਲਮ ਹੈ, ਉਹ ਅੱਜ ਇਸ ਦੁਨੀਆ ਤੋਂ ਰੁਖਸਤ ਹੋ ਗਈ ਹੈ। ਅਤੇ ਪਰ ਜੋ ਦੇਵ ਤਰੀਕੇ ਵਾਲੇ ਅੰਕਲ ਕਿਸੇ ਨੇ ਬਣ ਨਹੀਂ ਜਾਣਾ, ਅਤੇ ਰਾਈਟਰ ਤਾਂ ਬਹੁਤ ਨੇ, ਸਾਰੇ ਆਪਣੇ ਆਪਣੀ ਜਗ੍ਹਾ ਨੇ, ਬਟ ਜੋ ਦੇਵ ਅੰਕਲ ਨੇ ਜੋ ਪਿੰਡ ਥਰੀਕੇ ਨੂੰ, ਜੋ ਥਰੀਕਾ ਪਿੰਡ ਆ ਸਾਡਾ, ਜੋ ਵਰਲਡ ਲੈਵਲ ਦੇ ਉੱਤੇ ਜੋ ਥਰੀਕੇ ਪਿੰਡ ਦਾ ਨਾਮ ਹੋਇਆ ਉਹ ਸਿਰਫ ਦੇਵ ਪਾਪੇ ਕਰਕੇ ਹੋਇਆ, ਠੀਕ ਹੈ, ਜਾਂ ਮਾਣਕ ਸਾਹਿਬ ਕਰਕੇ ਹੋਇਆ। ਮੇਰੇ ਮਦਰ ਸੁਖਵੰਤ ਸੁਖੀ ਜੀ, ਮੇਰੀ ਮਾਸੀ ਜੀ ਕੁਲਦੀਪ ਕੌਰ ਜੀ, ਉਹਨਾਂ ਨੇ ਮਾਣਕ ਅੰਕਲ ਦੇ ਨਾਲ ਬਹੁਤ ਗਾਣੇ ਗਾਏ ਨੇ, ਦੇਵ ਪਾਪੇ ਉਹਨਾਂ ਦੇ ਲਿਖੇ ਹੋਏ ਗਾਣੇ ਬਹੁਤ ਗਾਏ ਨੇ। ਅਤੇ ਮੈਂ ਤਕਰੀਬਨ ਆ ਪਿੱਛੇ ਜੇ ਸਾਡੀ ਇੱਕ ਵੀਡੀਓ ਕੱਲ੍ਹ ਵਾਇਰਲ ਹੋਈ ਸੀਗੀ, ਜਗਬਾਣੀ ਨੇ ਪਾਈ ਸੀਗੀ ਸ਼ਾਇਦ, ਅਤੇ ਉਹਦੇ 'ਚ ਦੇਵ ਪਾਪੂ ਉਹਨਾਂ ਨੇ ਲਾਸਟ ਮੁਲਾਕਾਤ ਹੋਈ, ਮੌਮ ਆਏ ਹੋਏ ਸੀ ਇੰਡੀਆ, ਉਹਨਾਂ ਨੇ ਸਗੋਂ ਆਸ਼ੀਰਵਾਦ ਦਿੱਤਾ ਵੀ ਤੂੰ ਗਾ ਗਾਣੇ ਜਿਹੜੇ ਗਾਉਣੇ ਆ, ਵੀ ਮੇਰਾ ਆਸ਼ੀਰਵਾਦ ਤੇਰੇ ਨਾਲ ਹੈ। ਅਤੇ ਉਹ ਸਾਡੇ ਲਈ ਬਹੁਤ ਆਕਸਫੋਰਡ ਅਵਾਰਡ ਤੋਂ ਘੱਟ ਨਹੀਂ ਹੈਗਾ, ਕਿਉਂਕਿ ਜੇ ਉਹਨਾਂ ਨੇ ਆਸ਼ੀਰਵਾਦ ਦੇ ਤਾ ਤਾਂ ਸਾਡੇ ਲਈ ਬਹੁਤ ਵੱਡੀ ਗੱਲ ਹੈ। ਸੋ ਮਾਣਕ ਜਿਹੜਾ ਇੱਕ ਮਾਣਕ ਨਾਮ ਹੈ ਉਹ ਆਪਦੇ ਵਿੱਚ ਹੀ ਇੱਕ ਬ੍ਰਾਂਡ ਹੈ, ਅਤੇ ਦੇਵ ਤਰੀਕੇ ਵਾਲੇ ਇੱਕ ਆਪਦੇ ਵਿੱਚ ਹੀ ਬ੍ਰਾਂਡ ਹੈ। ਸੋ ਜੋ ਤਰੀਕੇ ਪਿੰਡ ਨੂੰ ਇੱਕ ਬ੍ਰਾਂਡ ਅੰਬੈਸਡਰ ਜਿਹੜਾ ਉਹ ਉਹਨਾਂ ਨੂੰ ਮਿਲਿਆ। ਅਤੇ ਸਾਡੇ ਨਾਲ ਸਾਰੀ ਮਾਣਕ ਸਾਹਿਬ ਦੇ ਨਾਲ ਜਿਹੜੀ ਪੁਰਾਣੀ ਟੀਮ ਸੀਗੀ, ਸਾਡੇ ਭਲਵਾਨ ਅੰਕਲ ਹੋਣੀ, ਇਹ ਉਹਨਾਂ ਦੇ ਗਨਮੈਨ ਰਹੇ ਨੇ ਮਾਣਕ ਸਾਹਿਬ ਦੇ, ਵੱਡੇ ਮਾਣਕ ਸਾਹਿਬ ਦੇ। ਸੋ ਉਵੇਂ ਹੀ ਉਹ ਸਾਰੇ ਨਾਲ ਨੇ, ਉਵੇਂ ਹੀ ਸਾਰੀ ਟੀਮ ਨਾਲ। ਪਰ ਜੋ ਅੱਜ ਐਂ ਲੱਗਦਾ ਵੀ ਮਾਣਕ ਸਾਹਿਬ ਅੱਜ ਫਿਰ ਤੁਰ ਗਏ, ਉਹ ਘਾਟਾ ਪੂਰਾ ਨਹੀਂ ਹੋਣਾ। ਮੈਨੂੰ ਕਈ ਵਾਰੀ ਬਹੁਤ ਭੁਲੇਖਾ ਪੈ ਜਾਂਦਾ ਜਦੋਂ ਆ ਸ਼੍ਰੀਮਾਨ ਜੀ ਗਾਉਂਦੇ ਹੁੰਦੇ ਆ,
ਮੈਂ ਕਿਹਾ ਯਾਰ ਦੁਬਾਰਾ ਬੜਾ ਫੇਰ ਆ ਗਿਆ ਲੱਗਦਾ ਅਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਵੀ ਜਿਹੜੇ ਪੁਰਾਣੇ ਗੀਤ ਆ ਜਿਹੜੇ ਸੱਭਿਆਚਾਰਕ ਗੀਤ ਆ ਉਹ ਸਾਰੇ ਮਾਣਕ ਸਾਹਿਬ ਦੀ ਬਦੌਲਤ ਸਾਰੇ ਇਹ ਬੱਚਾ ਉਹਨਾਂ ਦਾ ਤੁਹਾਡੀ ਝੋਲੀ ਪਾ ਰਿਹਾ ਆ ਬਹੁਤ ਇਹਦਾ ਧੰਨਵਾਦ ਇੰਦੀ ਭਾਅ ਜੀ ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਜਾਣੀ ਕਿ ਕਹਿਣ ਦਾ ਮਤਲਬ ਰੂਬਰੂ ਕੀਤਾ ਤੁਹਾਡੇ ਬਹੁਤ ਧੰਨਵਾਦ ਜੀ ਓਕੇ ਥੈਂਕ ਯੂ ਬਾਕੀ ਸਾਡੇ ਸਾਨੂੰ ਕੈਨੇਡਾ ਤੋਂ ਭਾਅ ਜੀ ਫੋਨ ਆਇਆ ਰਜਿੰਦਰ ਸਿੰਘ ਤੱਖਰ ਸਵਾਲ ਵਾਲੇ ਸਰੀ ਤੋਂ ਉਹਨਾਂ ਨੇ ਵੀ ਫੋਨ ਕੀਤਾ ਵੀ ਉਹਨਾਂ ਨੂੰ ਵੀ ਦੁੱਖ ਬਹੁਤ ਹੈ ਇਹ ਚੀਜ਼ ਦਾ ਚੰਗੇ ਬੰਦੇ ਦਾ ਦੁੱਖ ਹਰੇਕ ਨੂੰ ਹੀ ਹੁੰਦਾ ਹੈ ਹਸਨ ਇੱਕ ਗੱਲ ਮੈਂ ਬਤੌਰ ਕਲਾਕਾਰ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਹਿੰਦੇ ਚੜ੍ਹਦੇ ਸੂਰਜ ਨੂੰ ਸਲਾਮ ਹੁੰਦਾ ਦੇਵ ਤਰੀਕੇ ਵਾਲੇ ਜੀ ਅਨਡਾਊਟਡਲੀ ਲੈਜੈਂਡ ਲਿਸਟ ਦੇ ਵਿੱਚ ਆਉਂਦੇ ਨੇ ਉਹਨਾਂ ਵਰਗੇ ਗੀਤਕਾਰ ਕਦੇ ਵੀ ਨਹੀਂ ਹੋਣਗੇ ਆਪਾਂ ਕਹਿ ਸਕਦੇ ਹਾਂ ਕਿ ਯੁੱਗ ਦਾ ਅੰਤ ਹੋਇਆ ਪੁਰਾਣੇ ਖੁੰਡ ਜਿਹੜੇ ਹੈ ਨਾ ਉਹ ਹਮੇਸ਼ਾ ਇੱਕ ਮਾਣ ਵਧਾਉਂਦੇ ਨੇ ਪਰ ਜਦੋਂ ਇੱਕ ਇਕਾਂਤ ਦੀ ਜ਼ਿੰਦਗੀ ਕੱਟਣੀ ਪੈਂਦੀ ਹੈ ਅੱਜ ਵੀ ਅਸੀਂ ਵੇਖ ਰਹੇ ਹਾਂ ਕਿ ਕੋਈ ਖਾਸੇ ਚਿਹਰੇ ਇੱਥੇ ਵੇਖਣ ਨੂੰ ਨਹੀਂ ਮਿਲ ਰਹੇ ਹੈ ਨਾ ਸੋ ਇੱਕ ਕਲਾਕਾਰ ਦੇ ਤੌਰ 'ਤੇ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਮੈਂ ਇੱਕ ਗੱਲ ਜਾਣਦਾ ਜੀ ਇਕੱਲਾ ਰੁੱਖ ਵੀ ਮਾੜਾ ਹੁੰਦਾ ਅਗਲਾ ਵੱਢ ਕੇ ਸੁੱਟ ਦਿੰਦਾ ਮਚਾ ਦਿੰਦੇ ਆ ਉਹਨੂੰ ਹੈ ਨਾ ਇਕੱਲੇ ਬੰਦੇ ਨੇ ਜਿਹਨੇ ਇਹਨੇ ਦੁੱਖ ਦੇਖੇ ਹੋਣ ਆਪਣੀ ਫੈਮਿਲੀ ਦੇ ਆਪਣੇ ਪਰਿਵਾਰ ਦੇ ਉਹਨਾਂ ਨੂੰ ਤਾਂ ਵੈਸੇ ਹੀ ਤਕਲੀਫ ਬਹੁਤ ਸੀ ਇਸ ਚੀਜ਼ ਦੀ ਬੇਟੇ ਦੀ ਡੈਥ ਹੋ ਗਈ ਸੀ ਹੈ ਨਾ ਹੋਰ ਵੀ ਬਹੁਤ ਨਿੱਜੀ ਚੀਜ਼ਾਂ ਹੁੰਦੀਆਂ ਬੀਬੀ ਜੀ ਦੀ ਡੈਥ ਹੋ ਗਈ ਸੀ ਪਿੱਛੇ ਜੇ ਸੋ ਇਹ ਚੀਜ਼ਾਂ ਬੰਦੇ ਨੂੰ ਜਿਹੜਾ ਪਰਿਵਾਰ ਹੈ ਨਾ ਚਾਹੇ ਜਾਨਵਰ ਹੈ ਚਾਹੇ ਇਨਸਾਨ ਹੈ ਉਹਨੂੰ ਆਪਣੇ ਪਰਿਵਾਰ ਨਾਲ ਬਹੁਤ ਨੇੜਤਾ ਹੁੰਦੀ ਹੈ ਜਿੰਨਾ ਮਰਜ਼ੀ ਮਾੜਾ ਹੋਵੇ ਉਹ ਜਿੰਨਾ ਮਰਜ਼ੀ ਚੰਗਾ ਹੋਵੇ ਪਰ ਆਪਣੇ ਪਰਿਵਾਰ ਲਈ ਉਹ ਕੁਛ ਵੀ ਕਰ ਸਕਦਾ ਪਰ ਮੈਂ ਗੱਲ ਜਾਣਦਾ ਵੀ ਜੇ ਸਿਆਣੇ ਕਹਿੰਦੇ ਰੋਣਾ ਨਹੀਂ ਆਉਂਦਾ ਰੋਣ ਵਰਗਾ ਮੂੰਹ ਬਣਾ ਲਓ ਜੇ ਤੁਸੀਂ ਕਿਸੇ ਦੇ ਦੁੱਖ 'ਚ ਨਹੀਂ ਸ਼ਰੀਕ ਹੋ ਸਕਦੇ ਤਾਂ ਫਿਰ ਜਿੰਨੇ ਮਰਜ਼ੀ ਆਪਾਂ ਤਗੜੇ ਕਲਾਕਾਰ ਹਾਂ ਜਿੱਡੇ ਮਰਜ਼ੀ ਤਗੜੇ ਗੀਤਕਾਰ ਹਾਂ ਮੇਰੇ ਹਿਸਾਬ ਨਾਲ ਤਾਂ ਫਿਰ ਉਹ ਵਧੀਆ ਇਨਸਾਨ ਨਹੀਂ ਹੈ ਇੱਕ ਨੌਂ ਜ਼ਰੂਰ ਆ ਉਹਨਾਂ ਦਾ ਸੋ ਹਸਨ ਤੁਸੀਂ ਕਲਾਕਾਰ ਹੋ ਹਰ ਕਲਾਕਾਰ ਦਾ ਇੱਕ ਟਾਈਮ 'ਤੇ ਇਹ ਮੰਨਣਾ ਹੁੰਦਾ ਸੀ ਕਿ ਜੇ ਦੇਵ ਤੋਂ ਲੈ ਕੇ ਗੀਤ ਗਾ ਲਿਆ ਦੈਟ ਮੀਨਸ ਕਿ ਅਸੀਂ ਚੜ੍ਹ ਗਏ ਔਰ ਜਿਹੜੇ ਗਾ ਲੈਂਦੇ ਉਹਨਾਂ ਨੂੰ ਲੱਗਦਾ ਸੀ ਅਸੀਂ ਹੁਣ ਸਿਤਾਰੇ ਹਾਂ ਹੈ ਨਾ ਸੋ ਉਹ ਸਬੱਬ ਅਨਫੋਰਚੁਨੇਟਲੀ ਬਣ ਨਹੀਂ ਪਾਇਆ ਅਤੇ ਨਹੀਂ ਨਹੀਂ ਬਣ ਕਿਉਂ ਨਹੀਂ ਪਾਇਆ ਬਣ ਗਿਆ ਮੈਂ ਜਦੋਂ ਮੈਂ ਸਟਾਰਟਿੰਗ ਕੀਤੀ ਹੈ ਮੈਂ 22 ਤੇ 9 ਅਮੈਰੀਕਾ ਤੋਂ ਆਏ ਹੋਏ ਸੀ ਅਸੀਂ ਘਰ ਗਏ ਪਾਪਾ ਜੀ ਕੋਲ ਹਾਲਾਂਕਿ ਮੈਂ ਮੈਨੂੰ ਬੁਖਾਰ ਸੀ ਮੈਨੂੰ ਉਵੇਂ ਹੀ ਲੈ ਕੇ ਚੱਕ ਕੇ ਗੱਡੀ 'ਚ ਕਹਿੰਦੇ ਚਲੋ ਹੁਣੀ ਆਪਾਂ ਜਾਣਾ ਮੈਂ ਮਿਲ ਕੇ ਆਇਆ ਕਹਿੰਦੇ ਮੈਂ ਕਿਹਾ ਪਾਪਾ ਜੀ ਵੀ ਤੁਹਾਡੇ ਗੀਤ ਗਾਉਣਾ ਮੈਂ ਕਹਿੰਦੇ ਗਾਇਆ ਕਰ ਤੂੰ ਗਾਇਆ ਕਰ ਇੰਦੀ ਬਾਈ ਕਹਿੰਦਾ ਸੁਣ ਲਓ ਵੀ ਕਿਵੇਂ ਗਾਉਂਦਾ ਕਹਿੰਦਾ ਮੈਨੂੰ ਪਤਾ ਹੈ ਮੈਨੂੰ ਇਹਦੇ ਬਾਰੇ ਪਤਾ ਹੈ ਫਿਰ ਤੇਰੇ ਟਿੱਲੇ ਤੋਂ ਪਾਪਾ ਜੀ ਦਾ ਲਿਖਿਆ ਹੋਇਆ ਉਹ ਰਿਕਾਰਡ ਕਰਾਇਆ ਹੈ ਨਾ ਅਤੇ ਗਾਣੇ ਮੈਂ ਸਟੇਜ 'ਤੇ ਸਾਰੇ ਹੀ ਪਰ ਹੁਣ ਉਹ ਸਿਰਫ ਤੁਹਾਡੇ ਲਈ ਕੋਈ ਗੀਤ ਲਿਖ ਕੇ ਦਿੰਦੇ ਉਹ ਸਮਾਂ ਬਣਿਆ ਡਾਕਾ ਪੈ ਗਿਆ ਦੁਪਹਿਰੇ ਮੀਆਂ ਰਾਂਝਣਾ ਦੇਵ ਪਾਪਾ ਜੀ ਨੇ ਲਿਖਿਆ ਸੀ ਰੀਸੈਂਟਲੀ ਅੱਛਾ ਤੁਸੀਂ ਪਾਲੀ ਦੱਤ ਵਾਲੇ ਦੀ ਗੱਲ ਕਰ ਰਹੇ ਸੀ ਉਹਨਾਂ ਤੋਂ ਗੀਤ ਲੈਣਾ ਰਾਈਟ ਨਹੀਂ ਮੈਂ ਜਿਹੜੇ ਪੁਰਾਣੇ ਆ ਸਾਰਿਆਂ ਦੇ ਜਿਵੇਂ ਸੁਨੀਲਾ ਸਾਹਿਬ ਹੈ ਦੇਤ ਵਾਲੀਆ ਸਾਹਿਬ ਹੈ ਮੈਂ ਸਾਰਿਆਂ ਅੱਗੇ ਬੇਨਤੀ ਕਰੂੰਗਾ ਜਾ ਕੇ ਮੈਨੂੰ ਤੁਹਾਡੀ ਲੋੜ ਹੈ ਕਿਉਂਕਿ ਜੇ ਇਕੱਲਾ ਤਾਂ ਕੋਈ ਵੀ ਨਹੀਂ ਵੱਡਾ ਹੁੰਦਾ ਹੈ ਨਾ ਅਤੇ ਜੇ ਵੱਡੇ ਮੈਨੂੰ ਆਪਣੇ ਆਸ਼ੀਰਵਾਦ ਦਿੰਦੇ ਆ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਬਹੁਤ ਬਹੁਤ ਸ਼ੁਕਰੀਆ ਤੁਸੀਂ ਅਜਿਹੇ ਮੌਕੇ 'ਤੇ ਆਏ ਔਰ ਆਪਣਾ ਇੱਕ ਪ੍ਰੈਜੈਂਸ ਜਿਹੜਾ ਉਹ ਦਿਖਾਇਆ ਸੋ ਥੈਂਕ ਯੂ ਸੋ ਵੈਰੀ ਮੱਚ ਐਂਡ ਤੁਸੀਂ ਵੇਖਦੇ ਰਹੋ ਸਿਨੇ ਪੰਜਾਬੀ ਕਰਦੇ ਰਹਾਂਗੇ ਅਪਡੇਟ